ਦੁੱਖ ਇਸ ਗੱਲ ਦਾ ਹੈਗਾ ਕਿ ਕਿਸਾਨ ਨੇ ਫਸਲੀ ਬੀਜਤੀ ਉਹ ਹਾਈ ਦੇ ਖਰਚਾ ਕਰਦਾ ਤੇਲ ਬਚਾਤਾ ਲਵਾਈ ਦੇ ਜਿਹੜੀ 4-400 ਰੁਪਏ ਲਿਬਰ ਦੇਤੀ ਖਾਦਾ ਪਾ ਦੀਆਂ ਦਵਾਈਆਂ ਪਾ ਦੀਆਂ ਪਰ ਜਿਹੜਾ ਕਿਸਾਨ ਦੀ ਜਿਹੜੀ ਫਸਲ ਦਾ ਪੇਖਾ ਉਹ ਖਤਮ ਆ ਕਿਉਂ ਖਤਮ ਆ ਕਿਉਂਕਿ ਕਿਸਾਨਾਂ ਦੀ ਫਸਲ ਦੇ ਤੇ ਤੰਤਰਫਟ ਪਾਣੀ ਖੜਾ ਹੋਇਆ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਸੀਗਾ ਕਿ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਭਾਰੀ ਨੁਕਸਾਨ ਹੋਊਗਾ ਨਾ ਡਰੇਨ ਦੀ ਸਫਾਈ ਕੀਤੀ ਆ ਨਾ ਕੋਈ ਜਿਹੜੀਆਂ ਲੇਕ ਛੜਕਾ ਨਵੀਆਂ ਬਣੀਆਂ ਉਹਨਾਂ ਥੱਲੇ ਨਿਕਾਸੀ ਪੁਆਇੰਟ ਲੱਪੇ ਹੋਏ ਆ ਕਿਸਾਨਾਂ ਜਿਹੜਾ ਪੇਖ ਹੈਗਾ ਫਸਲ ਦਾ ਜਿਹੜਾ ਪੇਖ ਹੈਗਾ ਸਾਨੂੰ ਤੇ ਇਹ ਲੱਗ ਰਿਹਾ ਕਿ ਸਾਡੀ ਆਉਣ ਵਾਲੀ ਫਸਲ ਹੈਗੀ ਜਿਹੜੇ ਪਾਣੀ ਨਾ ਨਿਕਲਿਆ ਪ੍ਰਸ਼ਾਸਨ ਨੇ ਕੋਈ ਨਾ ਹਲ ਕੀਤਾ ਤਾਂ ਸਾਡੀ 100 ਬਟਾਡੀ 100 ਜਿਹੜੀ ਸਾਡੀ ਝੋਨੇ ਦੀ ਫਸਲ ਹੈਗੀ ਆ ਸਾਰੀ ਬਰਬਾਦ ਹੋਊ। ਪਰ ਅਸੀਂ ਪ੍ਰਸ਼ਾਸਨ ਬੇਨਤੀ ਕਰਦੇ ਹਾਂ ਕਿ ਅਗਰ ਸਰਕਾਰ ਨੇ ਅੱਜ ਸ਼ਾਮ ਤੱਕ ਇਹਦਾ ਕੋਈ ਪ੍ਰਬੰਧ ਨਾ ਕੀਤਾ ਤਾਂ ਕਾਨੂੰਨ ਸ਼ਾਸਨ ਦੀ ਸੜਕਾਂ 'ਤੇ ਰੁਕਟੀਆਂ ਪੈਣਗੀਆਂ। ਜੇ ਕਿਤੇ ਪਹਿਲੀ ਸੁੱਕੀ ਹੋਵੇਗੀ ਤੇ ਪੌਦੇ ਤਿਆਰ ਹੋਵੇਗੀ। ਬਾਕੀ ਨਹੀਂ ਜ਼ਿੰਮੇਵਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਜੀ ਜ਼ਿੰਮੇਵਾਰ ਦੇ ਪੱਲੇ 'ਤੇ। ਤਸਵੀਰਾਂ ਜਿਹੜੇ D5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਨੂੰ ਦੱਸਦੇ ਹਾਂ ਕਿ ਇਸ ਮੌਕੇ ਅਸੀਂ ਮੌਜੂਦਾ ਫਰੋਇਪਰ ਦੇ ਪਿੰਡ ਪੀਰੂ ਵਾਲਾ ਵਿੱਚ ਜਿੱਥੇ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਪਾਣੀ ਵਿੱਚ ਡੁੱਬ ਚੁੱਕੀ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜੀ ਬਰਸਾਤ ਆ ਉਹ ਪੈ ਰਹੀ ਆ ਉਸ ਦੇ ਚੱਲ ਦੇ ਜਿਹੜੀ ਕਿਸਾਨਾਂ ਦੀ ਫਸਲ ਆ ਉਹ ਪਾਣੀ ਵਿੱਚ ਡੁੱਬਣ ਕਾਰਨ ਖਰਾਬ ਹੋ ਚੁੱਕੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਪਿੰਡ ਪੀਰੂ ਵਾਲੇ ਦੀਆਂ ਹਨ ਜਿੱਥੇ ਕਿਸਾਨਾਂ ਦੀ ਸਾਰੀ ਦੀ ਸਾਰੀ ਝੋਨੇ ਦੀ ਫਸਲ ਜਿਹੜੀ ਆ ਉਹ ਪਾਣੀ ਵਿੱਚ ਡੁੱਬ ਚੁੱਕੀ ਆ ਕਿਸਾਨਾਂ ਵੱਲੋਂ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਜਾ ਰਿਹਾ ਕਿ ਪ੍ਰਸ਼ਾਸਨ ਵੱਲੋਂ ਪਹਿਲਾ ਜਿਹੜੇ ਪੁਖਤਾ ਪ੍ਰਬੰਧ ਆ ਉਹ ਨਹੀਂ ਕੀਤੇ ਗਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਜਿਹੜੀ ਝੋਨੇ ਦੀ ਫਸਲ ਆ ਉਹ ਪਾਣੀ ਵਿੱਚ ਡੁੱਬੀ ਹੋਈ ਆ ਸਾਡੇ ਨਾਲ ਇੱਥੇ ਕਿਸਾਨ ਵੀ ਮੌਜੂਦ ਆ ਕਿਸਾਨ ਯੂਨੀਅਨ ਦੇ ਅੱਗੂ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਝੋਨੇ ਦੀ ਫਸਲ ਡੁੱਬੀ ਆ ਕਿੰਨਾ ਕੁ ਨੁਕਸਾਨ ਜਿਹੜਾ ਉਹ ਹੋਇਆ ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਕਿਉਂਕਿ ਕਿਸਾਨਾਂ ਵੱਲੋਂ ਪ੍ਰਸ਼ਾਸਨ ਦੇ ਪ੍ਰਬੰਧਾਂ ਤੋਂ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਆ ਕਿ ਪ੍ਰਸ਼ਾਸਨ ਨੇ ਬਰਸਾਤ ਨੂੰ ਦੇਖਦੇ ਹੋਏ ਪਹਿਲਾਂ ਪ੍ਰਬੰਧ ਕਿਉਂ ਨਹੀਂ ਕੀਤੇ ਸਾਡੇ ਨਾਲ ਕਿਸਾਨਾਂ ਆ ਗੂ ਮੌਜੂਦ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪ੍ਰਧਾਨ ਜੀ ਕੀ ਨਾਮ ਜੀ ਤੁਹਾਡਾ ਜਸਵਿੰਦਰ ਸਿੰਘ ਸਾਈਆ ਵਾਲਾ ਜੀ ਜ਼ਿਲ੍ਹਾ ਪ੍ਰਧਾਨ ਬੀਕੇ ਜੀ ਮਾਨਸਾ ਫਰੋਜ਼ਪੁਰ ਜੀ ਕਿੰਨੇ ਕੁ ਫਸਲ ਜਿਹੜੀ ਉਹ ਬਰਸਾਤ ਦੇ ਪਾਣੀ ਵਿੱਚ ਡੁੱਬ ਚੁੱਕੀ ਆ ਦੇਖੋ ਜੀ ਜੋ ਸਾਡੀ ਹੁਣ ਤੱਕ ਜਥੇਬੰਦੀ ਤੌਰ 'ਤੇ ਸਾਡੀ ਜਿਹੜੀ ਵਾਰਤਾ ਲਾਪ ਹੋਈ ਆ ਫਰੋਜ਼ਪੁਰ ਪੱਛਮੀ ਦੇ ਵਿੱਚ ਚਾਹੇ ਉਹ ਜਲਾਲਾਬਾਦ ਆ ਚਾਹੇ ਗੁਰੂ ਸਾਹਿਬ ਚਾਹੇ ਉਹ ਸੋਈਪਰ ਬਲਾਕ ਹੈਗਾ ਜਿਹਦੇ ਵਿੱਚ ਹਜ਼ਾਰਾਂ ਇੱਕ ਜਿਹੜੀ ਫਸਲ ਹੈਗੀ ਚੋਨੇ ਦੀ ਡੁੱਬ ਚੁੱਕੀ ਆ ਦੁੱਖ ਇਸ ਗੱਲ ਦਾ ਹੈਗਾ ਕਿ ਕਿਸਾਨ ਨੇ ਫਸਲ ਹੀ ਬੀਜਤੀ ਉਹ ਹਾਈ ਦੇ ਖਰਚਾ ਕਰਦਾ ਤੇਲ ਬਚਾਤਾ ਲਵਾਈ ਦੇ ਜਿਹੜੀ 4-4000 ਰੁਪਏ ਲਿਵਰ ਦੇਤੀ ਖਾਦਾ ਪਾ ਦੀਆਂ ਦਵਾਈਆਂ ਪਾ ਦੀਆਂ ਪਰ ਜਿਹੜਾ ਕਿਸਾਨ ਦੀ ਜਿਹੜੀ ਫਸਲ ਦਾ ਪੇਖਾ ਉਹ ਖਤਮ ਆ ਕਿਉਂ ਖਤਮ ਆ ਕਿਉਂਕਿ ਕਿਸਾਨਾਂ ਦੀ ਫਸਲ ਦੇ ਉੱਤੇ ਤੰਤਰਫੁੱਟ ਪਾਣੀ ਖੜਾ ਹੋਇਆ ਔਰ ਉਹਦੀ ਨਿਕਾਸੀ ਕਿਸਾਨ ਆਦੇ ਤੌਰ ਤੇ ਕਰ ਰਿਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਸੀਗਾ ਕਿ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਕਿ ਭਾਰੀ ਨੁਕਸਾਨ ਹੋਊਗਾ ਨਾ ਡਰੇਨ ਦੀ ਸਫਾਈ ਕੀਤੀ ਆ ਨਾ ਕੋਈ ਜਿਹੜੀਆਂ ਲਿੰਕ ਸੜਕਾਂ ਨਵੀਆਂ ਬਣੀਆਂ ਉਹਨਾਂ ਥੱਲੇ ਨਿਕਾਸੀ ਪੁਆਇੰਟ ਨੱਪੇ ਹੋਏ ਆ ਹੁਣ ਗੱਲ ਇਹ ਆਉਂਦੀ ਹੈ ਕਿ ਆਉਣ ਵਾਲੇ 19 ਤਰੀਕ ਨੂੰ ਮੌਸਮ ਵਿਭਾਗ ਨੇ ਫਿਰ ਇੱਕ ਵਾਰ ਚੇਤਾਵਨੀ ਦਿੱਤੀ ਆ ਕਿ ਆਉਣ ਵਾਲੇ 19 ਤਰੀਕ ਨੂੰ ਫਿਰ ਦੁਬਾਰਾ ਜਿਹੜੀ ਦੋ ਤੰਦਰ ਭਾਰੀ ਬਾਰਸ਼ ਪੈਣੀ ਆ ਤਾਂ ਕਿਸਾਨਾਂ ਦਾ ਕੀ ਬਣੂਗਾ ਕਿਸਾਨਾਂ ਜਿਹੜਾ ਪੇਖ ਹੈਗਾ ਫਸਲ ਦਾ ਜਿਹੜਾ ਪੇਖ ਹੈਗਾ ਉਹ ਖ ਸਾਨੂੰ ਤੇ ਇਹ ਲੱਗ ਰਿਹਾ ਕਿ ਸਾਡੀ ਆਉਣ ਵਾਲੀ ਫਸਲ ਹੈਗੀ ਜਿਹੜੇ ਪਾਣੀ ਨਾਲ ਨਿਕਲਿਆ ਪ੍ਰਸ਼ਾਸਨ ਨੇ ਕੋਈ ਨਾ ਹਲ ਕੀਤਾ ਤਾਂ ਸਾਡੀ 100 ਬਟਾਡੀ 100 ਜਿਹੜੀ ਸਾਡੀ ਝੋਨੇ ਦੀ ਫਸਲ ਹੈਗੀ ਆ ਸਾਰੀ ਬਰਬਾਦ ਹੋਊਗੀ ਹੁਣ ਜਿਹੜਾ ਇਹ ਪਾਣੀ ਫਿਰ ਕਿਸ ਤਰ੍ਹਾਂ ਕੱਢ ਰਹੇ ਤੁਸੀਂ ਇਹ ਕਿਸਾਨਾਂ ਨੇ ਆਪ ਦੇ ਤੌਰ ਤੇ ਜਿਹੜੇ ਕੋਈ ਪੁਰਾਣੇ ਬਿਉਰਗਾਂ ਦੇ 50 55 60 ਸਾਲ ਦੇ ਜਿਹੜੇ ਪੁਰਾਣੇ ਖਸਲੇ ਨੱਪੇ ਸੀ ਉਹ ਕੱਢੇ ਹੋਏ ਆ ਪਰ ਸਰਕਾਰ ਵੱਲੋਂ ਉੱਥੇ ਜਿਹੜੀਆਂ ਜਿਹੜੀਆਂ ਸਾਡੀਆਂ ਲਿੰਕ ਰੋਡਸ ਹੈਗੀਆਂ ਉਹ ਤਾਂ ਥੱਲੇ ਕੋਈ ਪੈਪਲੈਨ ਨਹੀਂ ਵਿਚਾਈ ਗਈ ਕਿ ਪੈਪਲੈਨ ਜਿਹੜੀ ਨਿਕਾਸੀ ਦਾ ਪ੍ਰਬੰਧ ਹੋਵੇ ਪਰ ਜਿਹੜੀ ਕਿਸਾਨਾਂ ਦੀ ਸਾਡੀਆਂ ਆਪਦੀਆਂ ਕੋਈ ਪੁਰਾਣੀਆਂ ਜਿਹੜੀਆਂ ਸਾਡੀਆਂ ਨਿਕਾਸੀਆਂ ਪਈਆਂ ਉਹ ਪੱਟ ਪੜ ਕੇ ਜੀਐਸਪੀ ਨਾਲ ਸੀ ਤੇ ਪਾਣੀ ਦੀ ਨਿਕਾਸੀ ਕਰਨੇ ਕਿਸਾਨ ਆਦੇ ਤੌਰ ਤੇ ਕਰ ਰਿਹਾ ਪਰ ਵਿਭਾਗ ਨੇ ਡਿਪਾਰਟਮੈਂਟ ਨੇ ਕੋਈ ਵੀ ਕੋ ਸਾਡਾ ਪ੍ਰਬੰਧ ਨਹੀਂ ਕੀਤਾ ਕਿਸਾਨਾਂ ਦਾ ਤਾਂ ਹੁਣ ਕੀ ਮੰਗ ਕਰਨੀ ਚਾਹੋਗੇ ਅਸੀਂ ਮੰਗ ਕਰਨੀ ਚਾਹਣੀ ਆ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਜਿੱਥੇ ਕਿਤੇ ਬ੍ਰੇਕ ਚ ਲੱਗੀ ਹੋਈ ਹੈ ਪਾਣੀ ਦੀ ਸਰਕਾਰ ਪੈਪਿੰਗ ਨੱਪ ਕੇ ਜਲਦੀ ਤੋਂ ਜਲਦੀ ਜਿਹੜਾ ਕਿਸਾਨਾਂ ਦਾ ਜਿਹੜਾ ਪਾਣੀ ਦੀ ਨਿਕਾਸੀ ਕਰਕੇ ਪਾਣੀ ਅੱਗੇ ਜਾ ਕੇ ਡਰੇਨ ਦੇ ਵਿੱਚ ਪਵੇ ਜਿਹੜੇ ਕਿਸਾਨ ਕੋਈ ਰਿਕਾਰਡ ਪਾਉਂਦੀਆਂ ਜਾਂ ਸੜਕਾਂ ਰਿਕਾਰਡ ਪਾਉਂਦੀਆਂ ਉਹ ਪ੍ਰਸ਼ਾਸਨ ਆਪ ਵਿੱਚ ਹੱਲ ਹੋ ਖਾਜ ਹਾਜ਼ਰ ਹੋ ਕੇ ਉਹ ਹੱਲ ਕਰਵਾਵੇ ਜਿਹੜਾ ਜਿਹੜੀ ਕਿਸਾਨਾਂ ਦੀ ਪਾਣੀ ਦੀ ਨਿਕਾਸੀ ਹੋਵੇ ਤਾਂ ਕਿਸਾਨਾਂ ਦੀ ਫਸਲ ਬਚੇ ਇੱਥੇ ਪ੍ਰਸ਼ਾਸਨ ਅਧਿਕਾਰੀ ਵੀ ਆਏ ਸੀਗੇ ਉਹਨਾਂ ਨਾਲ ਕੀ ਗੱਲਬਾਤ ਹੋਈ ਦੇਖੋ ਜੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਡੀਸੀ ਸਾਹਿਬ ਨੇ ਏਡੀਸੀ ਡੀ ਕੋਲ ਭੇਜਤਾ ਤਾਂ ਡੀਸੀ ਏਡੀਸੀ ਡੀ ਸਾਹਿਬ ਨੇ ਅਫਸਰ ਦੀ ਡਿਊਟੀ ਲਈ ਸੀ ਉਹ ਇੱਥੇ ਆਏ ਆ ਆ ਕੇ ਸਾਡੇ ਕੋਲ ਕਿਉਂ ਗਰਮੀ ਬਹੁਤ ਜ਼ਿਆਦਾ ਆ ਉਹ ਉਤਰੇ ਉੱਤਰ ਕੇ 5 ਮਿੰਟ ਸਾਡੇ ਨੂੰ ਨਾ ਨਾ ਤਾਂ ਸਾਨੂੰ ਠੋਸ ਜਵਾਬ ਦਿੰਦਾ ਨਾ ਸਾਥੋਂ ਕਿ ਉਹਨੇ ਪ੍ਰਸ਼ਨ ਖਾਲੀ ਜਵਾਬ ਦਿੱਤੇ ਆ ਜਾ ਕੇ ਵੇਖ ਕੇ ਗੱਡੀ ਬਹਿ ਕੇ ਮੁੜ ਗਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਪਰ ਸਾਨੂੰ ਗਰਮੀ ਨਹੀਂ ਲੱਗਦੀ ਕਿਉਂਕਿ ਸਾਡੀ ਫਸਲ ਨੁਕਸਾਨ ਹੋ ਰਿਹਾ ਇਹ ਤਾਂ ਭਾ ਗੋਗਲੂਆਂ ਤੋਂ ਮਿੱਟੀ ਝਾੜੀ ਗਈ ਦੇਖੋ ਜੀ ਇਹਨਾਂ ਨੇ ਗੋਗਲੂਆਂ ਮਿੱਟੀ ਝਾੜੀ ਆ ਉਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਸਾਡਾ ਇੱਕ ਵਰੀ ਤੋਂ ਸਾਨੂੰ ਠੰਡੇ ਕੀਤਾ ਪਰ ਅਸੀਂ ਪ੍ਰਸ਼ਾਸਨ ਬੇਨਤੀ ਕਰਦੇ ਹਾਂ ਅਗਰ ਸਰਕਾਰ ਨੇ ਅੱਜ ਸ਼ਾਮ ਤੱਕ ਇਹਦਾ ਕੋਈ ਪ੍ਰਬੰਧ ਨਾ ਕੀਤਾ ਤਾਂ ਕਾਨੂੰਨ ਸ਼ਾਸਨ ਨੂੰ ਸੜਕਾਂ 'ਤੇ ਰੁਕਟੀਆਂ ਪੈਣਗੀਆਂ ਤਾਂ ਕਿਸਾਨਾਂ ਵੱਲੋਂ ਸੜਕਾਂ ਰੋਕਣ ਦੀ ਜਿਹੜੀ ਗੱਲ ਆ ਉਹ ਕਹੀ ਜਾ ਰਹੀ ਆ ਸਾਡੇ ਲਈ ਤਾਂ ਹੋਰ ਵੀ ਕਿਸਾਨ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਜੀ ਤੁਹਾਡਾ ਗੁਰਦੇਵ ਸਿੰਘ ਜੀ ਮੇਰਾ ਗੁਰਦੇਵ ਸਿੰਘ ਜੀ ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਦਾ ਬਸ ਅਣਗੋਲੇ ਹੀ ਕਰਦਾ ਜੀ ਇੱਥੋਂ ਆਉਂਦਾ ਤਾਂ ਬਸ ਗੱਡੀਆਂ 'ਚ ਬੈਠ ਕੇ ਘੁੰਮ ਕੇ ਚਲਾ ਜਾਂਦਾ ਕੁਝ ਨਹੀਂ ਕਰਦਾ ਜੀ ਹੂੰ ਪ੍ਰੈਕਟੀਕਲ ਰੀਅਲ ਹੋਰ ਤੇ ਪਹਿਲੀ ਗੱਲ ਤਾਂ ਪ੍ਰਸ਼ਾਸਨ ਆਇਆ ਹੀ ਕੋ ਨਹੀਂ ਇੱਕ ਆਇਆ ਨਹਿਰ ਵਿਭਾਗ ਦਾ ਵਿਭਾਗ ਦਾ ਮੁਲਾਜ਼ਮ ਉਹ ਵੀ ਆਇਆ ਤਾਂ ਗੱਡੀ ਤੋਂ ਥੱਲੇ ਨਹੀਂ ਉਤਰਿਆ ਦਿੱਤਾ ਗੇੜਾ ਤੇ ਵਾਪਸ ਚਲਾ ਗਿਆ ਹੁਣ ਕਿੰਨੀ ਕ ਫਸਲ ਜਿਹੜੀ ਬਰਬਾਦ ਹੋ ਚੁੱਕੀ ਆ ਇਹ ਸੈਂਕੜੇ ਏਕੜ ਨੇ ਜੀ ਕੁਝ ਪੀਰਵਾਲੇ ਦਾ ਰਕਬਾ ਕੁਝ ਰੋਡੇ ਵਾਲੇ ਦਾ ਤੇ ਕੁਝ ਖਾਈ ਦਾ ਰਕਬਾ ਵਿੱਚ ਪੈਂਦਾ ਚਾਰ 500 ਏਕੜ ਦਾ ਨੁਕਸਾਨ ਹੈਗਾ ਜੀ ਇਹਦੇ ਸ ਤੇ ਸਿਰਫ ਇਹਸ ਕਰਕੇ ਆ ਵੀ ਇਹਦਾ ਅੱਗੇ ਛੜਕ ਤੋਂ ਛੜਕ ਬਣੀ ਹੈ ਪੱਕੀ ਹੋਈ ਹੈ ਉਹਦੇ ਚ ਪਾਈਪ ਲਾਈਨ ਨਹੀਂ ਕੋਈ ਨੱਪੀ ਪਾਣੀ ਦਾ ਨਿਕਾਸ ਨਹੀਂ ਰੱਖਿਆ ਤੇ ਪਿੱਛੋਂ ਜਿਹੜਾ ਛੜਕਾਂ ਬਣ ਇਥੇ ਚਾਰ ਪਾਈਪ ਨਾਲ ਪੈਣ ਕਿਤੇ ਪੰਜ ਨਾਲ ਪੈਣੇ ਪਿਛੋ ਪਾਣੀ ਸਾਰਾ ਆ ਰਿਹਾਗਾ ਇਹਦੂ ਅਗਾ ਨਿਕਲ ਨਹੀਂ ਰਹਾ ਇਥੇ ਇਕੱਠਾ ਹੋ ਰਿਹਾ ਪੀਰੂ ਵਾਲੇ ਦੇ ਤੇ ਰੋਡੇ ਵਾਲੇ ਦੇ ਸਨ ਚ ਉਹਦੇ ਵਿੱਚ ਰੋਡੇ ਵਾਲੇ ਦਾ ਕੁਝ ਰਕਵਾ ਕੁਝ ਪੀਰੂ ਵਾਲੇ ਦਾ ਕੁਝ ਖਾਈ ਦਾ ਜਿਹੜਾ ਵੀ ਪਾਣੀ ਦੀ ਮਾਰ ਇਥੇ ਤੇ ਉਹਨਾਂ ਦੇ ਸਮੇਂ ਚ ਫਿਰ ਬਾਰਸ਼ ਤੇ ਜੇ ਇਹਦਾ ਕੋਈ ਨਾ ਹਲ ਕੀਤਾ ਗਿਆ ਜਿਹੜੀ ਕੋਈ ਫਸਲ ਮਾੜੀ ਮੋੜ ਬਚੀ ਉਹ ਵੀ ਖਤਮ ਹੋ ਜੇ ਤਾਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੀ ਝੋਨੇ ਦੀ ਫਸਲ ਆ ਉਹ ਪਾਣੀ ਵਿੱਚ ਡੁੱਬ ਚੁੱਕੀ ਆ ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਆ ਕੀ ਨਾਮ ਜੀ ਤੁਹਾਡਾ ਸਰਦਾਰ ਪ੍ਰਗਟ ਸਿੰਘ ਜੀ ਪ੍ਰਗਟ ਸਿੰਘ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਹੈ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਜੀ ਕਿਉਂਕਿ 4-500 ਏਕੜ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੈ ਕਿਉਂਕਿ ਫਸਲ ਦੇ ਉੱਤੇ 2.5 ਤੇ 3 ਫੁੱਟ ਪਾਣੀ ਹੈ ਜੀ ਪਹਿਲਾਂ ਪਾਣੀ ਜ਼ਿਆਦਾ ਸੀ ਕੋਈ ਇੱਕ ਪਾਈਪ ਹੈਗੀ ਉਹ ਚਾਲੂ ਕੀਤਾ ਹੁੰਦੇ ਤੋਂ ਪਾਣੀ ਨਿਕਲ ਗਿਆ ਜੀ ਪਿੱਛੋਂ ਜ਼ਿਆਦੇ ਪਾਈਪਾਂ ਦਾ ਪਾਣੀ ਆ ਰਿਹਾ ਹੈ ਫਸਲ ਦਾ ਨੁਕਸਾਨ ਬਹੁਤ ਜ਼ਿਆਦਾ ਜੀ ਤੁਸੀਂ ਇੱਧਰ ਕੈਮਰਾਮੈਨ ਨੂੰ ਮੈਂ ਕਹਾਂਗਾ ਇੱਧਰ ਕੈਮਰਾ ਕਰੋ ਕਿਉਂਕਿ ਫਸਲ ਸਾਰੀ ਪਾਣੀ ਦੇ ਵਿੱਚ ਗਲ ਚੁੱਕੀ ਹੈ ਇਹ ਕਿਸਾਨ ਦੇ ਕੋਈ ਲੈਕ ਫਸਲ ਨਹੀਂ ਰਹਿ ਗਈ ਕਿਸਾਨ ਨੇ ਤਾਂ ਆਪਣਾ ਖਰਚਾ ਵੀ ਪੂਰਾ ਕਰ ਲਿਆ ਸੀ ਕਿਸਾਨ ਨੇ ਕਿਹਾ ਕਿ ਸਾਰਾ ਖਰਚਾ ਇੰਦੇ ਤੇ ਕਰ ਲਿਆ ਸੀ ਕੋਈ लास्ट ਇੱਕ ਬੋਰੀ ਖਾਦ ਦੀ ਰਹਿ ਗਈ ਸੀ ਕਿਸਾਨ ਤਾਂ ਖਾਤਾ ਪਾ ਕੇ ਫ੍ਰੀ ਹੋ ਚੁੱਕਾ ਸੀ ਪਹਿਲਾਂ ਲਾਭੀ ਦੀ ਕਿਸਾਨ ਕੰਮ ਸੇ ਕੰਮ 10 15000 ਪ੍ਰਤੀ ਏਕੜ ਖਰਚਾ ਕਰ ਚੁੱਕਾ ਫਸਲ ਤੇ ਤੇ ਹੁਣ ਇਹ ਜਿਹੜਾ ਝੋਨਾ ਡੁੱਬਿਆ ਇਹਦੀ ਦੁਬਾਰਾ ਉਮੀਦ ਹੈ ਕਿ ਇਹ ਪੁੱਗਰ ਪਵੇਗਾ ਨਹੀਂ ਜੀ ਇਹਦੀ ਕੋਈ ਉਮੀਦ ਨਹੀਂ ਹੈਗੀ ਝੋਨਾ ਦੁਬਾਰਾ ਲੱਗੇਗਾ ਜਾਂ ਕੋਈ ਹੋਰ ਮਾੜੀ ਮੋਟੀ ਫਸਲ ਬੀਜਾਂਗੇ ਮੈਨੂੰ ਤਾਂ ਲੱਗਦਾ ਨਹੀਂ ਜੀ ਕੋਈ ਫਸਲ ਬੀਜੀਚੇ ਕਿਉਂਕਿ ਝੋਨੇ ਦੀ ਜੇ ਅਸੀਂ ਫਸਲ ਕਹੀਏ ਕਿਤੇ ਵੀ ਸਾਨੂੰ ਪੌਦ ਨਹੀਂ ਮਿਲਣੀ ਜੀ ਹੁਣ ਕਿਉਂਕਿ ਸਾਰੇ ਕਿਤੇ ਪੌਦ ਲੱਜੁਕੀ ਹੈ 1 ਮਹੀਨਾ ਪੌਦ ਤਿਆਰ ਕਰਨ ਨੂੰ ਲੱਗਦਾ ਹੈ ਤੇ ਅਜੇ ਤਾਂ ਸਾਰੀਆਂ ਪੈਲੀਆਂ 'ਚ ਪਾਣੀ ਖੜਾ ਜੀ ਜੇ ਕਿਤੇ ਪੈਲੀ ਸੁੱਕੀ ਹੋਵੇਗੀ ਤੇ ਪੌਦ ਤਿਆਰ ਹੋਵੇਗੀ ਬਾਕੀ ਨਹੀਂ ਜ਼ਿਮੀਂਦਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਜੀ ਜ਼ਿਮੀ ਈ ਮੰਗ ਕਰਨੀ ਚਾਹੁੰਗੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇੱਕ ਤਾਂ ਪਾਣੀ ਦੀ ਨਿਕਾਸੀ ਨਿਕਲ ਕਰਨ ਇੱਕ ਜੋ ਬੰਦਾ ਮਾਅਵਜਾ ਸਰਕਾਰ ਕਿਸਾਨ ਨੂੰ ਦੇਵੇ ਕਿਉਂਕਿ ਜੇ ਕੋਈ ਮਾਅਵਜਾ ਮਿਲੇਗਾ ਤੇ ਕਿਸਾਨ ਦਾ ਗੁਜ਼ਾਰਾ ਹੋਵੇਗਾ ਆੜਤੀ ਇਹਨਾਂ ਦਾ ਕਿਸਾਨ ਨੂੰ ਹੁਣ ਪੈਸਾ ਦੇਣਾ ਨਹੀਂ ਜੀ ਕਿਉਂਕਿ ਫਸਲ ਦੇ ਨਾਲ ਹੀ ਆੜਤੀ ਅਜੇ ਫਸਲ ਜਾਏਗੀ ਤੇ ਪੈਸਾ ਦੇਗਾ ਆੜਤੀ ਤੋਂ ਤਾਂ ਪਹਿਲਾਂ ਵਿਆਜੂ ਫੜ ਕੇ ਫਸਲ ਤੇ ਲਾ ਦਿੱਤੇ ਨੇ ਹੁਣ ਆੜਤੀਆ ਕਿਸੇ ਕਿਸਾਨ ਨੂੰ ਕੋਈ ਪੈਸਾ ਮੈਨੂੰ ਮਿਹਨਤ ਨਹੀਂ ਦੇਵੇ ਜੀ ਤਾਂ ਐਸੀ ਸਾਡੇ ਨਾਲ ਫੋਟੋਰ ਦੇ ਪਿੰਡ ਪੀਰੂ ਵਾਲੇ ਦੇ ਕਿਸਾਨ ਜਿਨ੍ਹਾਂ ਦੀ ਝੋਨੇ ਦੀ ਫਸਲ ਸਾਰੀ ਦੀ ਸਾਰੀ ਜਿਹੜੀ ਆ ਉਹ ਪਾਣੀ ਵਿੱਚ ਡੁੱਬ ਚੁੱਕੀ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜੀ ਬਰਸਾਤ ਆ ਉਹ ਪੈ ਰਹੀ ਆ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਪ੍ਰਸ਼ਾਸਨ ਕੋਲੋਂ ਕਿ ਪਾਣੀ ਦੀ ਨਿਕਾਸੀ ਜਿਹੜੀ ਜਲ ਤੋਂ ਜਲਦ ਕੀਤੀ ਜਾਵੇ ਅਤੇ ਨਾਲ ਹੀ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਜਾ ਰਹੀ ਆ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ ਫੋਟੋ ਕੈਮਰਾਮੈਨ ਰਾਜੀਵੀਰ ਦੇ ਨਾਲ ਪਰਮਜੀਤ ਸਖਣਾ ਡੀ5 ਚੈਨਲ ਪੰਜਾਬੀ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com 35 ਚੈਨਲ ਪੰਜਾਬੀ ਹੁਨੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿਕ ਕਰੋ